ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਜਿਹੜੀ ਆਪਣੀ ਅੱਜ ਦੀ ਵੀਡੀਓ ਇਹ ਆਪਣੇ ਕੱਪੜਿਆਂ ਉੱਤੇ ਲੂਈ ਲੱਗ ਜਾਂਦੀ ਉਹਦੇ ਬਾਰੇ ਜਾਂ ਆਪਣੇ ਕੱਪੜਿਆਂ ਉੱਤੇ ਬੋਰ ਆ ਜਾਂਦਾ ਹੈ ਉਹਦੇ ਬਾਰੇ ਵੀ, ਕਿਸ ਤਰ੍ਹਾਂ ਆਪਾਂ ਨੇ ਉਹਨੂੰ ਹਟਾਉਣਾ ਵਾ ਅਤੇ ਉਹਦਾ ਸਲਿਊਸ਼ਨ ਕੀ ਆ ਕਿ ਕਿਸ ਤਰ੍ਹਾਂ ਆਪਣਾ ਘਰ ਦੇ ਵਿੱਚ ਘੱਟ ਬਜਟ ਦੇ ਵਿੱਚ ਆਪਾਂ ਇਹਨਾਂ ਚੀਜ਼ਾਂ ਤੋਂ ਰਾਹਤ ਪਾ ਸਕਦੇ ਹਾਂ। ਅਤੇ ਆ ਜਾਓ ਆਪਾਂ ਵੀਡੀਓ ਸਟਾਰਟ ਕਰਦੇ ਹਾਂ। ਅਤੇ ਵੀਡੀਓ ਲਈ ਜਿਹੜੀ ਮੈਂ ਕੱਪੜੇ ਲਿੱਤੇ ਨੇ, ਇੱਕ ਤਾਂ ਮੇਰੇ ਕੋਲ ਕੋਟੀ ਆ, ਇਹ ਕੋਟੀ ਨਵੀਂ ਹੋਈ ਸੀਗੀ, ਇਹਦੇ ਉੱਤੇ ਆਪਣੇ ਉੱਤੇ ਆ ਬੋਰਾ ਆ ਗਿਆ। ਆਹ ਦੇਖੋ ਇਹ ਨਾ ਇਧਰਲੀ ਸਾਈਡ ਵੀ ਆ ਜਾਂਦਾ ਵਾ ਤਕਰੀਬਨ, ਆਪਾਂ ਦੇਖਦੇ ਹਾਂ ਤਾਂ ਇਧਰਲੀ ਸਾਈਡ ਵੀ ਆਪਣੀਆਂ ਬਾਹਾਂ ਦੀ ਇਧਰਲੀ ਸਾਈਡ ਆ ਜਾਂਦਾ ਵਾ। ਅਤੇ ਇਹ ਆਪਣੇ ਕੋਲ ਇਹਦੇ ਉੱਤੇ ਆਪਾਂ ਨੇ ਉਤਾਰ ਕੇ ਦੱਸਣਾ ਵਾ ਵੀ ਇਹ ਆਪਾਂ ਇਹਦੇ ਉੱਤੇ ਲੂਈ ਜਿਹੜੀ ਆ ਲੱਗੀ ਹੋਈ ਆ ਇਹ ਕਿਵੇਂ ਉਤਾਰਨੀ ਆ। ਅਤੇ ਇੱਕ ਆਪਣੇ ਕੋਲ ਮੋਸਟਲੀ ਆਪਾਂ ਦੇਖਦੇ ਹਾਂ ਕਿ ਆਪਣੇ ਘਰ ਜਾਂ ਬਲੈਕ ਕੱਪੜੇ ਹੁੰਦੇ ਨੇ ਜਾਂ ਨੇਵੀ ਬਲੂ, ਜ਼ਿਆਦਾਤਰ ਜਿਹੜੇ ਆਪਣੇ ਬਲੈਕ ਕੱਪੜੇ ਨੇ ਉਹਨਾਂ 'ਤੇ ਵੀ ਆਪਾਂ ਜਦੋਂ ਧੋਨੇ ਉਹਨਾਂ ਨੂੰ, ਅਤੇ ਧੋਣ ਤੋਂ ਬਾਅਦ ਆਪਾਂ ਦੇਖਦੇ ਹਾਂ ਕਿ ਉਹਨਾਂ 'ਤੇ ਲੂਈ ਲੱਗ ਜਾਂਦੀ ਹੈ ਵੀ ਆਪਾਂ ਨੇ ਕਿਵੇਂ ਉਤਾਰਨੀ ਹੈ ਇਹ ਲੂਈ। ਜਿਹੜੀ ਆਪਣੇ ਕੋਲ ਟੇਪ ਆ, ਇਹ ਜਿਹੜੀ ਆਪਣੇ ਚੌੜੀ ਟੇਪ ਆ ਇਹ ਉਹ ਆ, ਅਤੇ ਇਹਦੀ ਜਿਹੜੀ ਗਮ ਆ ਜ਼ਿਆਦਾ ਹੁੰਦੀ ਆ ਤਾਂ ਕਰਕੇ ਆਪਾਂ ਇਹ ਟੇਪ ਯੂਜ਼ ਕਰਾਂਗੇ। ਪਹਿਲਾਂ ਆਪਾਂ ਨੇ ਟੇਪ ਨੂੰ ਦੇਖੋ ਇੱਕ ਸਿਰੇ ਤੋਂ ਫੜ ਕੇ ਪੂਰਾ ਇਹਨੂੰ ਉਤਾਰ ਲੈਣਾ ਵਾ। ਉਹ ਤੋਂ ਬਾਅਦ ਆਪਾਂ ਨੇ ਆਹ ਦੇਖੋ ਉਤਾਰਨਾ ਨੀਗਾ। ਹੁਣ ਮੈਂ ਇੱਥੋਂ ਫਿੰਗਰ ਲਗਾ ਲਈ ਇਹਨੂੰ ਟੇਪ ਆ ਜਿੱਥੇ ਆਪਣਾ ਚਿਪਕਦਾ ਵਾ ਇਹ ਪਾਸਾ ਆਪਣਾ ਉੱਪਰ ਆ ਹੁਣ, ਅਤੇ ਇਹਨੂੰ ਇਹਦੇ ਪਾਸੇ ਲਪੇਟ ਲੈਣਾ ਵਾ। ਉਹੀ ਟੇਪ ਦੇ ਉੱਤੇ ਹੀ ਆਪਾਂ ਨੇ ਉਲਟਾ ਕਰ ਲਿਆ ਉਹਨੂੰ ਟੇਪ ਨੂੰ, ਅਤੇ ਗਮ ਵਾਲਾ ਪਾਸਾ ਆਪਣਾ ਉੱਪਰ ਆ, ਠੀਕ ਹੈ ਜੀ। ਇਹਨੂੰ ਆਪਾਂ ਨੇ ਇਹਦੇ ਉੱਤੇ ਇੱਧਰੋਂ ਆਇਆ ਇੱਥੋਂ ਆਪਾਂ ਨੇ ਆ ਦੇਖੋ ਇਹਨੂੰ ਐਂ ਇਹਦੇ ਨਾਲ ਜੋੜ ਲੈਣਾ ਵਾ, ਦੋਨੋਂ ਪਾਸੇ ਗਮ ਲੱਗ ਗਈ ਆਪਣੇ ਇੱਧਰ ਵੀ ਅਤੇ ਇੱਧਰ ਵੀ। ਹੁਣ ਆਪਾਂ ਇਹਨੂੰ ਕਿਵੇਂ ਉਤਾਰਨਾ ਵਾ ਇਹਦੇ ਉੱਤੋਂ ਉਹ ਮੈਂ ਦਿਖਾਉਣੀ ਆ, ਜਿਵੇਂ ਪੈਂਟ ਦੇ ਬਲੈਕ ਕੱਪੜੇ ਦੇ ਉੱਤੇ ਆਪਣੇ ਲੂਈ ਲੱਗ ਜਾਂਦੀ ਆ, ਕੱਪੜਾ ਆਪਾਂ ਨੇ ਵਿਛਾਉਣਾ ਵਾ ਜਿੱਥੇ ਆਪਣੀ ਲੂਈ ਲੱਗੀ ਹੋਈ ਆ। ਵਿਛਾਉਣ ਤੋਂ ਬਾਅਦ ਵਿੱਚ ਟੇਪ ਨੂੰ ਆ ਦੇਖੋ ਆਪਾਂ ਨੇ ਐਂ ਰਾਊਂਡ ਐਂ ਫਿਰੀ ਜਾਣਾ ਵਾ, ਠੀਕ ਹੈ ਜੀ। ਕੁਛ ਕਰਨ ਦੀ ਲੋੜ ਨਹੀਂ, ਬਸ ਟੇਪ ਨੂੰ ਆਪਾਂ ਨੇ ਐਂ ਫਿਰੀ ਜਾਣਾ ਵਾ। ਆਹ ਦੇਖੋ ਜਿਹੜੀ ਲੂਈ ਆ ਇਹਦੇ ਉੱਤੇ ਲੱਗੀ ਜਾਂਦੀ ਆ, ਜਿਹੜਾ ਵੀ ਆਪਣੇ ਧੋਣ ਦੇ ਸਮੇਂ ਵੀ ਲੱਗ ਜਾਂਦੀ ਆ, ਮੋਸਟਲੀ ਆਪਣੇ ਬਲੈਕ ਕੱਪੜਿਆਂ ਦੇ ਉੱਤੇ ਜ਼ਿਆਦਾਤਰ ਲੱਗ ਜਾਂਦੀਆਂ ਨਾ, ਜਾਂ ਨੇਵੀ ਕੱਪੜੇ ਹੋਣ ਨੇਵੀ ਬਲੂ ਉਹਨਾਂ ਉੱਤੇ ਲੱਗ ਜਾਂਦੀ ਆ। ਅਤੇ ਇਹਨੂੰ ਹਟਾਉਣ ਦਾ ਆਹ ਬਹੁਤ ਆਸਾਨ ਤਰੀਕਾ ਵਾ, ਵੀ ਤੁਸੀਂ ਆਪਣੇ ਘਰ ਦੇ ਵਿੱਚ ਬਹੁਤ ਆਸਾਨ ਤਰੀਕੇ ਨਾਲ ਇਹ ਲੂਈ ਨੂੰ ਹਟਾ ਸਕਦੇ ਹਾਂ। ਆਹ ਦੇਖੋ ਸਾਰੀ ਇਹਦੇ ਉੱਤੇ ਟੇਪ ਦੇ ਉੱਤੇ ਲੂਈ ਲੱਗੀ ਜਾਂਦੀ ਆ, ਅਤੇ ਆਪਣੀ ਪੈਂਟ ਕਲੀਨ ਹੋਈ ਜਾਂਦੀ ਆ। ਇਹ ਤਰੀਕਾ ਅਪਣਾ ਕੇ ਤੁਸੀਂ ਆਪਣੇ ਘਰ ਦੇ ਵਿੱਚੋਂ ਕਿਸੇ ਵੀ ਸੂਟ ਉੱਤੋਂ ਜਾਂ ਸ਼ਰਟ ਉੱਤੋਂ ਜਾਂ ਪੈਂਟ ਉੱਤੋਂ ਕੋਈ ਵੀ ਆ, ਜਾਂ ਆਪਣੇ ਕੋਟਾਂ ਉੱਤੇ ਤਕਰੀਬਨ ਲੂਈ ਲੱਗ ਜਾਂਦੀ ਆ, ਉਹਨਾਂ ਉੱਤੋਂ ਵੀ ਤੁਸੀਂ ਇਹ ਤਰੀਕਾ ਅਪਣਾ ਕੇ ਲੂਈ ਲਾ ਸਕਦੇ ਹੋ। ਅਤੇ ਦੂਸਰੇ ਨੰਬਰ 'ਤੇ ਆਪਣੇ ਕੋਲ ਆਪਣੇ ਕੋਟੀਆਂ ਸਵੈਟਰਾਂ ਦੇ ਉੱਤੇ ਬੁਰ ਜ਼ਿਆਦਾ ਆ ਜਾਂਦਾ ਵਾ, ਅਤੇ ਉਹ ਬੁਰ ਨੂੰ ਜਿਵੇਂ ਆਪਣੇ ਘਰ ਕੋਟੀਆਂ ਸਵੈਟਰਾਂ ਉੱਤੇ ਬੁਰ ਜ਼ਿਆਦਾ ਆ ਜਾਂਦਾ, ਅਤੇ ਉਹਨੂੰ ਉਤਾਰਨ ਦਾ ਕੀ ਤਰੀਕਾ ਵਾ ਉਹਦੇ ਬਾਰੇ ਵੀ ਦੱਸੂੰਗੀ। ਜਿਵੇਂ ਆਪਣੇ ਕੋਲ ਆ ਕੋਟੀ ਆ ਇਹਦੇ ਉੱਤੇ ਆ ਦੇਖੋ ਆਪਣੀ ਲੂਈ ਆਈ ਹੋਈ ਆ, ਅਤੇ ਇਹਨੂੰ ਆਪਾਂ ਨੇ ਕਿਵੇਂ ਉਤਾਰਨਾ ਵਾ ਇਹ ਉਹਦੇ ਬਾਰੇ ਵੀ ਆ ਵੀਡੀਓ ਵੀ ਆ। ਦੇਖੋ ਆਪਾਂ ਨੇ ਇਹਨੂੰ ਟੇਬਲ 'ਤੇ ਵਿਛਾ ਲੈਣਾ ਵਾ ਜਿੱਥੇ ਆਪਣੀ ਲੂਈ ਆ, ਉੱਥੇ ਉਹ ਕੱਪੜੇ ਨੂੰ ਆਪਾਂ ਨੇ ਟੇਬਲ 'ਤੇ ਵਿਛਾ ਲੈਣਾ। ਉਹਦੇ ਲਈ ਆਪਾਂ ਨੇ ਆਹ ਰੇਜ਼ਰ ਲੈਣੀ ਆ, ਅਤੇ ਇਹਨੂੰ ਆਪਾਂ ਨੇ ਹਲਕੇ ਜਿਹੇ ਹੱਥਾਂ ਨਾਲ, ਪਹਿਲਾਂ ਆਪਾਂ ਨੇ ਪੁਸ਼ ਨਹੀਂ ਕਰਨਾ ਹੈਗਾ ਕਿ ਆਪਣਾ ਕੱਪੜਾ ਆਪਾਂ ਪਾੜ ਲਈਏ, ਸਿਰਫ ਸੋਫਟਲੀ ਕਰਨਾ ਵਾ ਤਾਂ ਜੋ ਆਪਣਾ ਜਿਹੜਾ ਸਵਾਟਰ ਆ ਉਹ ਆਪਣਾ ਫਟ ਨਾ ਜਾਵੇ, ਜੇ ਜਿਹੜੀ ਇਹਦੀ ਬੁਣਤੀ ਹੈ ਇਹ ਖਰਾਬ ਹੋ ਜੂਗੀ, ਇਸ ਕਰਕੇ ਆਪਾਂ ਨੇ ਇਹਨੂੰ ਸੋਫਟਲੀ ਯੂਜ਼ ਕਰਨਾ ਵਾ, ਠੀਕ ਹੈ ਜੀ। ਆਹ ਦੇਖੋ ਇਹਨੂੰ ਆਪਾਂ ਨੇ ਇੱਧਰ ਨੂੰ, ਜਿੱਧਰ ਨੂੰ ਪਲੇਟ ਆ ਇਹ ਆਪਾਂ ਨੇ ਇੱਧਰ ਨੂੰ ਮੈਂ ਟੇਢਾ ਰੱਖਿਆ ਥੋੜ੍ਹਾ ਜਿਹਾ ਹਲਕਾ ਟੇਢਾ। ਆਹ ਦੇਖੋ ਇੱਥੋਂ ਸਾਰੇ ਹੀ ਆਪਣਾ ਇਹ ਲੱਗੀ ਹੋਈ ਸੀ ਲੂਈ, ਬੜੇ ਆਰਾਮ ਨਾਲ ਨਿਕਲਦੀ ਆ। ਦੇਖੋ ਇਹਨੂੰ ਜਿੱਥੇ ਆ ਦੇਖੋ ਲੂਈ ਲੱਗੀ ਹੋਈ ਆ, ਉੱਥੋਂ ਆਪਾਂ ਨੇ ਥੋੜ੍ਹਾ ਜਿਹਾ ਟੇਢਾ ਰੱਖਿਆ ਹੋਇਆ ਵਾ, ਅਤੇ ਆਪਾਂ ਨੇ ਸੋਫਟਲੀ ਸੋਫਟਲੀ ਇਹਨੂੰ ਰਿਮੂਵ ਕਰੀ ਜਾਣਾ ਵਾ। ਇੱਥੇ ਇੱਥੇ ਤੁਹਾਡੇ ਇੱਕ ਤਾਂ ਆਪਣੇ ਆਹ ਚੀਜ਼ ਦੇ ਉੱਤੇ ਲੂਈ ਆਉਂਦੀ ਆ, ਅਤੇ ਇੱਕ ਆਪਣੇ ਆਹ ਜਿੱਥੋਂ ਆਪਣੀਆਂ ਬਾਂਹ ਵਾ, ਆਹ ਦੇਖੋ ਮੋਸਟਲੀ ਆ ਬਾਂਹ 'ਤੇ ਤਾਂ ਬਹੁਤ ਜ਼ਿਆਦਾ ਹੋ ਜਾਂਦੀ ਆ, ਇੱਥੇ ਆਉਂਦੀ ਹੁੰਦੀ ਆ, ਅਤੇ ਇਹ ਆ ਤਰੀਕੇ ਨਾਲ ਤੁਸੀਂ ਆ ਲੂਈ ਉਤਾਰ ਸਕਦੇ ਹੋ। ਇੱਧਰੋਂ ਦੇਖੋ ਅਤੇ ਇੱਧਰੋਂ ਦੇਖੋ, ਇੱਧਰੋਂ ਹਲੇ ਲੂਈ ਉਵੇਂ ਲੱਗੀ ਹੋਈ ਆ, ਅਤੇ ਇੱਧਰੋਂ ਆਪਣੀ ਕਲੀਨ ਹੋ ਗਈ ਲੂਈ। ਅਤੇ ਇਹ ਤਰੀਕਾ ਅਪਣਾ ਕੇ ਤੁਸੀਂ ਆਪਣੇ ਘਰ ਕੋਟੀਆਂ ਸਵਾਟਰਾਂ ਤੋਂ ਲੂਈ ਉਤਾਰ ਸਕਦੇ ਹੋ।
आई होप कि तुहानूं दोनों आइडिया बहुत ज़्यादा वधिया लगे होणगे। तो जे आइडियाज़ दोनों ही वधिया लगे ने तो प्लीज़ चैनल नूं सबसक्राइब कर लिओ तां जो आने वाली वीडियो नोटिफिकेशन तुहानूं मिल सके। अज्ज दी वीडियो वेखण लई तुहाडा धन्नवाद जी। मिलदे आपां नैक्सट वीडियो दे विच।